ਗੁੱਡ ਮਾਰਨਿੰਗ ਸਟੂਡੈਂਟਸ। ਹਾਂਜੀ ਡੀਅਰ ਸਟੂਡੈਂਟਸ, ਅੱਜ ਅਸੀਂ ਇੰਗਲਿਸ਼ ਸਬਜੈਕਟ ਦੇ ਵਿੱਚ ਨਾਊਨ ਐਕਟੀਵਿਟੀ ਕਰਨ ਜਾ ਰਹੇ ਹਾਂ। ਤੁਹਾਡੇ ਕੋਲ ਟੇਬਲ ਦੇ ਉੱਪਰ ਨਾਊਨ ਦੀਆਂ ਕੁਝ ਸਲਿਪਸ ਪਈਆਂ ਹਨ। ਨਾਊਨ ਕਿਸੇ ਵਿਅਕਤੀ, ਕਿਸੇ ਜਗ੍ਹਾ, ਕਿਸੇ ਚੀਜ਼ ਦੇ ਨਾਮ ਨੂੰ ਕਿਹਾ ਜਾਂਦਾ ਹੈ। ਬੋਰਡ ਦੇ ਉੱਪਰ ਇੱਕ ਸਾਈਡ 'ਤੇ ਪੋਟ ਦੇ ਵਿੱਚ ਨਾਊਨ ਦੀਆਂ ਸਲਿਪਸ ਲਗਾਈਆਂ ਗਈਆਂ ਨੇ। ਇਹਨਾਂ ਸਲਿਪਸ ਦੇ ਵਿੱਚੋਂ ਤੁਸੀਂ ਪ੍ਰੋਪਰ ਨਾਊਨ ਔਰ ਕੋਮਨ ਨਾਊਨ ਨੂੰ ਪਹਿਚਾਣ ਕੇ ਬੋਰਡ ਦੇ ਉੱਪਰ ਲਗਾਉਣਾ ਹੈ। ਟੇਬਲ ਦੇ ਉੱਪਰ ਜਿੰਨੀਆਂ ਸਲਿਪਸ ਪਈਆਂ ਹਨ, ਇਹਨਾਂ ਦੇ ਵਿੱਚ ਪ੍ਰੋਪਰ ਨਾਊਨ ਵੀ ਹੈ, ਕੋਮਨ ਨਾਊਨ ਵੀ ਹੈ। ਜੋਬਨ, ਤੁਸੀਂ ਕੋਮਨ ਨਾਊਨ ਨੂੰ ਪਹਿਚਾਣ ਕੇ ਲਗਾਉਣਾ ਹੈ ਔਰ ਰੀਆ, ਤੁਸੀਂ ਪ੍ਰੋਪਰ ਨਾਊਨ ਨੂੰ ਪਹਿਚਾਣ ਕੇ ਲਗਾਉਣਾ ਹੈ। ਠੀਕ ਹੈ ਜੀ, ਓਕੇ ਜੀ, ਸਟਾਰਟ। ਓਕੇ ਜੀ, ਡਨ ਹੈ ਜੀ। ਹਾਂਜੀ ਜੋਬਨ, ਤੁਸੀਂ ਕੋਮਨ ਨਾਊਨ ਬੋਲ ਦਿਓ ਬੇਟਾ। ਵਰਡਸ ਕਿਹੜੇ ਕਿਹੜੇ ਨੇ? ਹਾਂਜੀ ਰਿਆ, ਪ੍ਰੋਪਰ ਨਾਊਨ? ਓਕੇ ਜੀ, ਵੈਰੀ ਗੁੱਡ। ਇਹ ਸੀ ਬੇਟਾ ਜੀ ਨਾਊਨ ਐਕਟੀਵਿਟੀ, ਜਿਸ ਦੇ ਵਿੱਚ ਅਸੀਂ ਪ੍ਰੋਪਰ ਨਾਊਨ ਔਰ ਕੋਮਨ ਨਾਊਨ ਦੀ ਪਹਿਚਾਣ ਕੀਤੀ ਹੈ। ਠੀਕ ਹੈ ਜੀ, ਕਿ ਨਾਊਨ ਦੇ ਵਿੱਚ ਕਿਸ ਨੂੰ ਖਾਸ ਨਾਮ ਔਰ ਕਿਸ ਨੂੰ ਆਮ ਨਾਮ ਕਿਹਾ ਜਾਂਦਾ ਹੈ। ਓਕੇ ਜੀ, ਥੈਂਕ ਯੂ ਬੇਟਾ।